ਸੋ ਅੱਜ 1 ਤਰੀਕ ਤੋਂ 7 ਤਰੀਕ ਦਾ ਜਿਹੜਾ ਰੋਸ ਸੀਗਾ ਸਾਡਾ ਚਿੱਟੇ ਦੇ ਵਿਰੋਧ ਦੇ ਵਿੱਚ ਕਾਲਾ ਹਫ਼ਤਾ, ਪਰ ਇਹ 7 ਤਰੀਕ ਤੱਕ ਸੀਮਿਤ ਨਹੀਂਗਾ। 7 ਤਰੀਕ ਤੋਂ ਬਾਅਦ ਲਗਾਤਾਰ ਇਸ ਮੁਹਿੰਮ ਨੂੰ ਜਾਰੀ ਰੱਖਾਂਗੇ, ਅੰਜਾਮ ਤੇ ਲੈ ਕੇ ਜਾਵਾਂਗੇ, ਤਾਂ ਜੋ ਪੰਜਾਬ ਦੀ ਧਰਤੀ ਤੇ ਜਿਹੜਾ ਰੋਜ਼ ਚਿੱਟੇ ਦੇ ਨਾਲ ਕਈ ਕਈ ਨੌਜਵਾਨ ਮੌਤ ਦੇ ਮੂੰਹ ਚ ਜਾ ਰਹੇ ਆ, ਉਸ ਕੰਮ ਨੂੰ ਬੰਦ ਕਰਨ ਵਾਸਤੇ ਕੁੰਭਕਰਨੀ ਨੀਂਦ ਸੁੱਤੀ ਪਈ ਸਰਕਾਰ ਜਿਹੜੀ ਖਾਖੀ ਵਰਦੀ ਤੇ ਛੁਪੇ ਹੋਏ ਕਾਲੀਆਂ ਭੇਡਾਂ ਨੂੰ ਸਜਾਵਾਂ ਕਰਨ ਦੇ ਵਿੱਚ ਅਸਮਰੱਥ ਹੈਗੀ ਹੈ। ਸੋ ਅਸੀਂ ਅੱਜ ਐਜੀਟੇਸ਼ਨ ਲੁਧਿਆਣਾ ਤੋਂ ਤੋਰਿਆ ਜਲਿਆਂਵਾਲਾ ਬਾਗ ਜਾ ਕੇ ਸਮਾਪਤੀ ਕਰਨੀ ਆ। ਰਸਤੇ ਦੇ ਵਿੱਚ ਜਿੰਨੇ ਕਸਬੇ ਸ਼ਹਿਰ ਪਿੰਡ ਆਉਂਦੇ ਆ ਉੱਥੋਂ ਦੇ ਲੋਕਾਂ ਨੂੰ ਨਾਲ ਲੈ ਕੇ, ਉਹ ਪਵਿੱਤਰ ਧਰਤੀ ਜਲਿਆਂਵਾਲੇ ਬਾਗ ਦੀ, ਉਹ ਸਾਡੇ ਪਵਿੱਤਰ ਸ਼ਹੀਦਾਂ ਦੇ ਖੂਨ ਨਾਲ ਰੰਗੀ ਹੋਈ ਧਰਤੀ, ਉਹ ਮਿੱਟੀ ਮੱਥੇ ਨੂੰ ਲਾ ਕੇ ਅਸੀਂ ਐਦ ਤੇ ਭਰਨ ਕਰਕੇ ਆਉਣਾ ਕਿ ਤੁਸੀਂ ਸਾਨੂੰ ਦੇਸ਼ ਆਜ਼ਾਦ ਕਰਕੇ ਦੇ ਕੇ ਗਏ ਹੋ, ਤੇ ਅੱਜ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਆਜ਼ਾਦ ਕਰਾਉਣ ਦਾ ਪ੍ਰਣ ਕਰਨ ਵਾਸਤੇ ਆਏ ਹਾਂ। ਤੇ ਅੱਜ ਸਰਕਾਰ ਕਿੱਥੇ ਹੈਗੀ? ਸਰਕਾਰ ਜਿਹੜਾ ਲੋਕਾਂ ਦਾ ਆਪ ਮੁਹਾਰੇ ਸੜਕਾਂ ਦੇ ਉੱਤੇ ਸੰਗਠਨ ਬਣਿਆ, ਸੰਘਰਸ਼ ਹੋਇਆ, ਅੱਜ ਉਹਨੂੰ ਸੰਘਰਸ਼ ਨੂੰ ਡਾਈਵਰਟ ਕਰਨ ਵਾਸਤੇ ਕਦੇ ਡੋਪ ਟੈਸਟ ਦਾ ਸ਼ੋਸ਼ਾ, ਕਦੇ ਨਸ਼ਾ ਤਸਕਰਾਂ ਦੇ ਖਿਲਾਫ ਸਜਾਏ ਮੌਤ, ਜਿਹੜਾ ਕਿ ਕੈਬਨਿਟ ਤੇ ਅਸੈਂਬਲੀ ਅਧਿਕਾਰ ਹੀ ਨਹੀਂ ਰੱਖਦੇ, ਉਹ ਲੋਕ ਸਭਾ ਤੇ ਕੇਂਦਰ ਸਰਕਾਰ ਦਾ ਅਧਿਕਾਰ, ਇਹ ਸਾਰੇ ਸ਼ੋਸ਼ੇ ਲੋਕਾਂ ਦਾ ਅਸਲ ਮੁੱਦੇ ਤੋਂ ਧਿਆਨ ਭਟਕਾਉਣ ਵਾਸਤੇ ਆ, ਤਾਂ ਜਿਹੜਾ ਚਿੱਟੇ ਦੇ ਬਰਖਿਲਾਫ ਪੰਜਾਬੀਆਂ ਦਾ ਇੱਕ ਸਮਾਜਿਕ ਜੁੜਾਵ ਹੋਇਆ, ਉਸ ਜੁੜਾਵ ਉਸ ਇਕੱਠ ਨੂੰ ਡਲਿਊਟ ਕਰ ਦਈਏ, ਖੇਰੂੰ ਖੇਰੂੰ ਕਰ ਦਈਏ। ਸਰਕਾਰ ਲੋਕਾਂ ਦਾ ਧਿਆਨ ਡਾਈਵਰਟ ਕਰਨ ਵਾਸਤੇ ਇੱਦਾਂ ਦੇ ਸ਼ੋਸ਼ੇ ਛੱਡ ਰਹੀ ਹੈ। ਜੇ ਸਰਕਾਰ ਸੁਹਿਰਦ ਆ ਤੇ ਚੱਟੋਪਾਧਿਆ ਕਮੇਟੀ ਦੀ ਰਿਪੋਰਟ ਦੇ ਵਿੱਚ ਪੰਜਾਬ ਪੁਲਿਸ ਦੇ ਮੌਜੂਦਾ DGP ਸੁਰੇਸ਼ ਅਰੋੜਾ ਦਾ ਨਾਮ ਕਿਉਂ ਨਹੀਂ ਸੁਰੇਸ਼ ਅਰੋੜਾ ਨੂੰ ਅਹੁਦੇ ਤੋਂ ਹਟਾਉਂਦੇ? ਜਿਹੜੇ ਪਰਿਵਾਰ ਦੇ ਵਿੱਚ ਬਾਪ ਬੇਈਮਾਨ ਹੋਵੇ ਉਹਦੇ ਪੁੱਤ ਕਦੇ ਇਮਾਨਦਾਰ ਨਹੀਂ ਹੁੰਦੇ। ਅੱਜ ਸਾਡੀ ਪੰਜਾਬ ਪੁਲਿਸ ਫੋਰਸ ਦਾ ਮੁਖੀ DGP ਸੁਰੇਸ਼ ਅਰੋੜਾ ਚਿੱਟਾ ਤਸਕਰਾਂ ਦੇ ਨਾਲ ਸ਼ਾਮਿਲ ਹੋਣ ਦਾ ਚੱਟੋਪਾਧਿਆ ਕਮੇਟੀ ਦੇ ਵਿੱਚ ਉਹਦਾ ਨਾਮ ਆਇਆ, ਤੇ ਕੈਪਟਨ ਅਮਰਿੰਦਰ ਸਿੰਘ ਕਿਉਂ ਕਾਰਵਾਈ ਨਹੀਂ ਕਰਦੇ? SPF ਦੀ ਰਿਪੋਰਟ ਆਈ ਆ, ਨਵਜੋਤ ਸਿੱਧੂ ਨੇ ਪੜ੍ਹਤੀ, ਕਿਉਂ ਕਾਰਵਾਈ ਨਹੀਂ ਹੋਈ? ED ਦੀ ਰਿਪੋਰਟ ਸਾਡੇ ਸਾਹਮਣੇ ਆ, ED ਦੀ ਰਿਪੋਰਟ ਵਿੱਚ ਆਏ ਨਾਵਾਂ ਦੇ ਉੱਤੇ ਅੱਜ ਤੱਕ ਕਾਰਵਾਈ ਕਿਉਂ ਨਹੀਂ ਹੋਈ? ਇਹ ਜਿਹੜੀ ਸਜਾਏ ਮੌਤ, ਕੀ ਤੁਸੀਂ ਜਿਹੜੇ ਚਿੱਟੇ ਦੇ ਆਦੀ 1 ਗ੍ਰਾਮ ਅੱਧਾ ਗ੍ਰਾਮੀ ਵਾਲੇ ਆ, ਕਿ ਉਹਨਾਂ ਦੇ ਗਲ ਦੇ ਵਿੱਚ ਤੁਸੀਂ ਇਹ ਫਾਂਸੀ ਦਾ ਫੰਦਾ ਪਾਉਣਾ? ਸੋ ਪੰਜਾਬ ਸਰਕਾਰ ਨੂੰ ਜਾਗਣਾ ਪਏਗਾ, ਲੋਕ ਇਹ ਜਿਹੜੇ ਸੜਕਾਂ ਤੇ ਆਏ ਆ ਸਰਕਾਰ ਨੂੰ ਜਗਾ ਕੇ ਇਸ ਮੁਹਿੰਮ ਨੂੰ ਅੰਜਾਮ ਤੱਕ ਲੈ ਕੇ ਜਾਣਗੇ। ਜਿਹੜੇ ਡਰੱਗ ਫੇਲ ਮਾਮਲੇ ਦੇ ਵਿੱਚ ਜਿਹੜੇ ਪੂਰਵ SSP ਰਾਜੀਤ ਸਿੰਘ ਉਹਨਾਂ ਦੇ ਹਲੇ ਤੱਕ ਜਿਹੜੀ ਆ ਉਹ ਕਾਰਵਾਈ ਨਹੀਂ ਹੋਈ? ਮੈਂ ਕਹਿ ਕੇ ਹਟਿਆ ਕਿ ਉਹ ਰਾਜੀਤ ਸਿੰਘ ਹੋਵੇ, ਉਹ DSP ਢਿੱਲੋਂ ਹੋਵੇ, SHO ਲਖਵਿੰਦਰ ਹੋਵੇ, ਇੰਦਰਜੀਤ ਇੰਸਪੈਕਟਰ ਹੋਵੇ, ਇਹ ਸਾਰਿਆਂ ਦੇ ਵਿਰੁੱਧ ਉਨੀ ਦੇਰ ਤੱਕ ਕਾਰਵਾਈ ਨਹੀਂ ਹੋਏਗੀ ਜਿੰਨੀ ਦੇਰ ਤੱਕ DGP ਸੁਰੇਸ਼ ਅਰੋੜਾ ਆਪਣੇ ਅਹੁਦੇ ਤੇ ਬਣੇ ਰਹਿਣਗੇ। ਸੁਰੇਸ਼ ਅਰੋੜਾ ਨੂੰ ਇਸ ਅਹੁਦੇ ਤੋਂ ਬਦਲੀ ਕਰੋ, ਇਹ ਜਿਹੜੇ ਅਫਸਰਾਂ ਦੇ ਰਾਜਜੀਤ ਢਿੱਲੋਂ ਐਂਡ ਇੰਦਰਜੀਤ ਇਹ ਸਾਰਿਆਂ ਦੇ ਨਾਮ, ਇਹਨਾਂ 'ਤੇ ਕਾਰਵਾਈ ਹੋਏਗੀ। ਬਹੁਤ ਸਾਰੇ ਪੁਲਿਸ ਅਫਸਰ, ਹੋਰ ਵੀ ਕਾਲੀਆਂ ਭੇਡਾਂ ਜਿਹੜੀਆਂ ਖਾਖੀ ਵਰਦੀ ਦੇ ਵਿੱਚ ਛੁਪੀਆਂ ਨੇ, DGP ਸੁਰੇਸ਼ ਅਰੋੜਾ ਦੇ ਤਬਾਦਲੇ ਤੋਂ ਬਾਅਦ ਉਹ ਵੀ ਸਾਹਮਣੇ ਜਿਹੜਾ ਨਵਾਂ DGP ਆਏਗਾ ਲੈ ਕੇ ਆਏਗਾ। ਅੱਜ ਜ਼ਰੂਰਤ ਹੈਗੀ ਆ ਕਿ ਸੁਰੇਸ਼ ਅਰੋੜਾ ਦਾ ਤਬਾਦਲਾ ਕਰੋ, ਜਿਹੜੇ ਦਾਗੀ ਅਫਸਰ ਆ ਉਹਨਾਂ ਦੇ ਖਿਲਾਫ਼ ਕਰਨੀਆਂ ਜਿਹੜੀਆਂ ਕਾਰਵਾਈਆਂ ਕਰਕੇ ਉਹਨਾਂ ਨੂੰ ਸਜਾਵਾਂ ਕਰਾਓ। 2 ਜੁਲਾਈ ਨੂੰ ਪੰਜਾਬ ਸਰਕਾਰ ਨੇ ਕਿਹਾ ਸੀ ਜਿਹੜੀ ਇਹਨਾਂ ਦੇ ਸਖ਼ਤ ਜਿਹੜੀ ਐਕਸ਼ਨ ਲਿੱਤਾ ਜਾਊਗਾ, ਤੁਹਾਨੂੰ ਲੱਗਦਾ ਰਾਜਨੀਤਿਕ ਪੋਲੀਟੀਕਲ ਇਹ ਸਿਰਫ ਤੇ ਸਿਰਫ ਲੋਕਾਂ ਦੇ ਲਾਮਬੰਦੀ ਨੂੰ ਤੋੜਨ ਦੇ ਯਤਨ ਕਰ ਰਹੇ ਆ? ਕਦੇ 2 ਤਰੀਕ ਦੇਤੀ, ਕਦੇ ਡੋਪ ਟੈਸਟ ਦੇਤਾ, ਕਦੇ ਸਜਾਏ ਮੌਤ ਦੇਤੀ, ਇਹ ਲੋਕਾਂ ਦੀ ਜਿਹੜੀ ਆਪ ਮੁਹਾਰੇ ਲਾਮਬੰਦੀ ਹੋਈ ਆ। ਜਿਵੇਂ ਅੰਨਾ ਅੰਦੋਲਨ ਦੇ ਵੇਲੇ ਲੋਕ ਸੜਕਾਂ ਤੇ ਆਏ ਸੀ, ਆ ਚਿੱਟੇ ਦੇ ਬਰਖਿਲਾਫ਼ ਪੂਰੇ ਪੰਜਾਬ ਦੇ ਲੋਕ ਸੜਕਾਂ ਦੇ ਉੱਤੇ ਆ, ਰੋਸ, ਇਸ ਰੋਸ ਨੂੰ ਖਤਮ ਕਰਨ ਵਾਸਤੇ ਸਰਕਾਰ ਚਾਲਾਂ ਚੱਲ ਰਹੀ ਹੈ। ਸਰਕਾਰ ਦੀਆਂ ਚਾਲਾਂ 2013 ਤੋਂ ਲੈ ਕੇ 2018 ਦੇ ਵਿੱਚ ਚਿੱਟਾ ਆਇਆ ਸੀ, 2018 ਆ ਗਿਆ, ਕੀ ਅੱਜ ਤੱਕ ਚਿੱਟਾ ਘਟਿਆ? ਦਿਨ ਪ੍ਰਤੀ ਦਿਨ ਪੰਜਾਬ ਦੀ ਧਰਤੀ ਤੇ ਚਿੱਟਾ ਵਧਿਆ, ਸਰਕਾਰਾਂ ਡੰਗ ਟਪਾਊ ਨੀਤੀ ਦੇ ਨਾਲ ਨਸ਼ਾ ਤਸਕਰਾਂ ਦੇ ਨਾਲ ਜਿਹੜੇ ਪੁਲਿਸ ਦੇ ਤੇ ਪੋਲੀਟੀਸ਼ੀਨਾਂ ਦੇ ਸੰਬੰਧ ਆ ਉਹਨੂੰ ਛੁਪਾਉਣ ਵਾਸਤੇ ਲੋਕਾਂ ਕੋਲੇ ਤਰ੍ਹਾਂ ਤਰ੍ਹਾਂ ਦੇ ਬਹਾਨੇ ਕੱਢਦੇ ਆ, ਇਸ ਸੰਘਰਸ਼ ਨੂੰ ਡਲਿਊਟ ਕਰਨ ਲਈ, ਖੇਰੂੰ ਖੇਰੂੰ ਕਰਨ ਲਈ ਸਰਕਾਰ ਦੀਆਂ ਸਾਜ਼ਿਸ਼ਾਂ ਨੇ। ਲੋਕ ਕਦੇ ਵੀ ਇਹਨਾਂ ਸਾਜ਼ਿਸ਼ਾਂ ਦਾ ਸ਼ਿਕਾਰ ਨਹੀਂ ਹੋਣਗੇ, ਲੋਕ ਸਮਝ ਚੁੱਕੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਹੜੀ ਸਮਾਜਿਕ ਜਿਹੜੇ ਅੰਦੋਲਨ ਆ ਉਹਦੇ ਲਈ ਅੱਗੇ ਆਉਣਾ ਚਾਹੀਦਾ, ਜੇ ਅੱਗੇ ਆਉਣਾ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ਕੋਲੇ ਤਾਂ ਬਹੁਤ ਵੱਡੀ ਪਾਵਰ ਆ, ਇੱਕ ਨੌਜਵਾਨ ਦੀ ਚਿੱਟੇ ਦੇ ਨਾਲ ਮੌਤ ਹੁੰਦੀ ਆ, 4 ਹਫ਼ਤਿਆਂ ਦੀ ਸਹੁੰ ਚੁੱਕੀ ਸੀ, ਮੈਂ ਕਹਿੰਦਾ 4 ਦਿਨ ਦੇ ਵਿੱਚ ਚਿੱਟਾ ਖਤਮ ਹੋ ਸਕਦਾ। ਇੱਕ ਨੌਜਵਾਨ ਦੀ ਚਿੱਟੇ ਨਾਲ ਮੌਤ ਹੋਈ ਆ ਤੇ ਪੁਲਿਸ ਉਹਦੇ ਮੋਬਾਈਲ ਤੋਂ ਚਿੱਟਾ ਤਸਕਰ ਦੇ ਕੋਲੇ 5 ਮਿੰਟਾਂ 'ਚ ਪਹੁੰਚ ਸਕਦੀ ਵੀ ਕਿੱਥੋਂ ਖਰੀਦ ਕੇ ਲਿਆ, ਉਹ ਖਰੀਦੇ ਹੋਏ ਚਿੱਟੇ ਨਾਲ ਜਿੱਥੇ ਨੌਜਵਾਨ ਦੀ ਮੌਤ ਹੋਈ ਆ ਚਿੱਟਾ ਤਸਕਰ ਤੱਕ ਪੁਲਿਸ ਪਹੁੰਚ ਗਈ, ਫੜ ਕੇ ਗਾਮਿਆਂ ਤੋਂ 302 ਦਾ ਕਤਲ ਦਾ ਮੁਕੱਦਮਾ ਦਰਜ ਕਰੇ। 4 ਹਫ਼ਤੇ ਨਹੀਂ, 4 ਦਿਨ ਦੇ ਵਿੱਚੋਂ ਪੰਜਾਬ ਦੇ ਅੰਦਰ ਚਿੱਟਾ ਤਸਕਰ, ਚਿੱਟਾ ਵੇਚਣਾ ਦੂਰ ਦੀ ਗੱਲ, ਚਿੱਟੇ ਦਾ ਨਾਮ ਤੱਕ ਲੈਣ ਤੋਂ ਡਰਨਗੇ। ਪਰ ਸਰਕਾਰ ਨੂੰ ਸਖ਼ਤ ਐਕਸ਼ਨ ਲੈਣੇ ਪੈਣਗੇ, ਜਿਹੜੇ ਖਾਖੀ ਵਰਦੀ ਦੇ ਵਿੱਚ ਛੁਪੇ ਹੋਏ ਕਾਲੀਆਂ ਭੇਡਾਂ ਹੈਗੀਆਂ ਉਹ ਡਿਟੈਕਟ ਕਰਕੇ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਸਖ਼ਤ ਸਜ਼ਾਵਾਂ ਕਰਾਉਣ ਦੀ ਜ਼ਰੂਰਤ ਹੈ।
मैं पहले कह के हटिया कि जिन्नी देर तक सुरेश अरोड़ा का तबादला नहीं हुंदा सरकार मुख्यमंत्री साहब की पता नहीं केड़ी मजबूरी हैगी है कि वह दिनकर गुप्ता सुरेश अरोड़ा डीजीपी नूं बचाउण वास्ते पब्बां भार होए हुए है जबकि पूरी दुनिया च वसदे पंजाबियों नूं पता लग चुकिया जिहड़ी एसआईटी दी चट्टोपाध्याय कमेटी की रिपोर्ट आई पता लग चुकिया कि पंजाब पुलिस का जिहड़ा डीजीपी सुरेश अरोड़ा वह नशा तस्करां का साथी बनिया होया कैप्टन अमरिंदर सिंह क्यों नहीं कार्रवाई करते उहदे खिलाफ जिद्दण कार्रवाई होगी उहनूं अहुदा मुक्त करता देखो पंजाब दे अंदर नशे का ग्राफ किवें थले गिरदा किवें पंजाब दे अंदर चट्टा खत्म हुंदा।